ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਗੋਰਾ ਇਲਮੇ ਵਾਲਾ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਆਪਣੇ ਸ਼ੋਅ ਸਟਾਰ ਡੈਰਿਸ ਦੇ ਵਿੱਚ, ਤੁਹਾਡੇ ਆਪਣੇ ਚੈਨਲ ਅੱਡੀ ਟੱਪਾ ਮਿਊਜ਼ਿਕ 'ਤੇ। ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਜੀ ਬਹੁਤ ਹੀ ਟੈਲੈਂਟਡ ਸਿੰਗਰ ਜਿਨ੍ਹਾਂ ਦਾ ਸੌਂਗ ਸੀ ਆ ਬਹਿ ਜਾ ਮੇਰੇ ਬੰਬੂ ਕਾੜ 'ਤੇ ਤੈਨੂੰ ਹਵਾ ਵਿੱਚ ਤਾਰੀਆਂ ਲਵਾਵਾਂ। ਮੇਰੀ ਮੁਰਾਦ ਬਹੁਤ ਹੀ ਪਿਆਰਾ ਵੀਰ ਮੰਨਾ ਮੰਡ ਜੀ। ਸਤਿ ਸ਼੍ਰੀ ਅਕਾਲ ਮੰਨਾ ਮੰਡ ਜੀ। ਸਤਿ ਸ਼੍ਰੀ ਅਕਾਲ ਜੀ, ਔਰ ਅੱਡੀ ਟੱਪਾ ਮਿਊਜ਼ਿਕ ਵਾਲਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਮੈਨੂੰ ਅੱਜ ਇੱਥੇ ਸੱਦਾ ਦਿੱਤਾ। ਅਤੇ ਤੁਹਾਨੂੰ ਬੰਬੂ ਘਾਟ ਸੌਂਗ ਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਵਧੀਆ ਸੌਂਗ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਇਹਦੀ ਸਕਸੈਸ ਦੇ ਪਿੱਛੇ ਪਤਾ ਨਹੀਂ ਹੁੰਦਾ ਜੀ ਔਡੀਅੰਸ ਨੂੰ ਕਿੰਨੀ ਮਿਹਨਤ ਕੀਤੀ ਹੁੰਦੀ ਸਿੰਗਰ ਨੇ। ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਇਹ ਸੌਂਗ ਲੈ ਕੇ ਆਉਣ ਵਾਸਤੇ ਜੀ? ਦੇਖੋ ਜੀ, ਸੌਂਗ ਚਾਹੇ ਇਹ ਸੌਂਗ ਦੀ ਗੱਲ ਕਰ ਲਓ ਚਾਹੇ ਕਿਸੇ ਸੌਂਗ ਦੀ ਵੀ ਗੱਲ ਕਰ ਲਓ, ਉਹਦੇ ਪ੍ਰੋਸੈਸ ਬਹੁਤ ਲੰਬਾ ਹੁੰਦਾ। ਮਿਹਨਤ ਤਾਂ ਹੁੰਦੀ ਹੈ, ਲਿਰਿਕਸ ਤੋਂ ਲੈ ਕੇ ਮਿਊਜ਼ਿਕ ਤੱਕ ਔਰ ਉਹਨੂੰ ਪ੍ਰੈਜੈਂਟ ਕਰਨ ਤੱਕ। ਅਤੇ ਬਿਲਕੁਲ ਜੀ ਬਿਲਕੁਲ, ਮੇਰੀ ਇੱਕ ਟੀਮ ਸੀ, ਮੇਰੀ ਹੈਗੀ ਆ ਟੀਮ ਜਿਨ੍ਹਾਂ ਨੇ ਸਾਰਾ ਕੁਛ ਕੀਤਾ, ਮਤਲਬ ਰਲ ਮਿਲ ਕੇ ਜੋ ਹੋ ਗਿਆ। ਠੀਕ ਹੈ ਜੀ। ਅਤੇ ਇਹਨਾਂ ਦੇ ਲਿਰਿਕਸ ਕੌਣ ਜੀ ਲਿਖਿਆ? ਕਿੰਨਾ ਜੀ? ਮੈਂ ਖੁਦ ਹੀ ਲਿਖਿਆ ਜੀ। ਖੁਦ ਹੀ ਲਿਖਿਆ ਜੀ। ਹਾਂਜੀ। ਅਤੇ ਇਹਨਾਂ ਦੇ ਮਿਊਜ਼ਿਕ ਡਾਇਰੈਕਟਰ? ਮਿਊਜ਼ਿਕ ਡਾਇਰੈਕਟਰ ਗੁਰਮੋਹ, ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਮਿਊਜ਼ਿਕ ਕੀਤਾ ਹੋਇਆ, ਔਰ ਜੇ ਤੁਸੀਂ ਸਰਚ ਕਰੋਗੇ ਤੁਹਾਡੇ ਰੂਬਰੂ ਤੁਹਾਡੇ ਹੋ ਜਾਏ। ਠੀਕ ਹੈ ਜੀ। ਅਤੇ ਗੁਰਮੋਹ ਜੀ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ ਜੀ? ਗੁਰਮੋਹ ਮੇਰੇ ਫਰੈਂਡ ਸਰਕਲ 'ਚ ਹੀ ਮੈਨੂੰ ਮਿਲਿਆ ਕਾਫੀ 6-7 ਸਾਲ ਪਹਿਲੋਂ। ਅਸੀਂ ਇਕੱਠੇ 6-7 ਸਾਲ ਤੋਂ ਇਕੱਠੇ ਅਸੀਂ ਕੰਮ ਕੀਤਾ, ਔਰ ਹਾਲੇ ਤੱਕ ਜਿਹੜੀਆਂ ਨੇ ਮੂਵੀਜ਼ ਦੇ ਵਿੱਚ ਮੇਰੇ ਟਰੈਕ ਆਏ ਹੋਏ ਨੇ। ਅੱਛਾ ਜੀ। ਉਹ ਸਾਰੇ ਗੁਰਮੋਹ ਦੇ ਨਾਲ ਹੀ ਆਏ ਹੋਏ ਨੇ। ਕਿਆ ਬਾਤ ਹੈ ਜੀ। ਜੀ। ਅਤੇ ਇੱਕ ਸੌਂਗ ਜੀ ਰੁੱਤ ਪਿਆਰ ਦੀ? ਜੀ। ਕਿਆ ਬਾਤ ਹੈ ਜੀ। ਇੱਕ ਵਾਰੀ ਰੁੱਤ ਪਿਆਰ ਦੀ ਹੋ ਜਾਏ ਫਿਰ ਉਹਦੇ ਆਪਾਂ ਕੁਸ਼ਚਨ ਦਾ ਬਾਅਦ ਕਰਦੇ ਹਾਂ। ਰੁੱਤ ਪਿਆਰ ਦੀ ਗਾ ਕੇ ਸੁਣਾ ਦਿਓ ਜੀ। ਹੋ ਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ, ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ। ਹੋ ਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ, ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ, ਤੇ ਕੁੜੀਆਂ 'ਚ ਗੱਲ ਛਿੜ ਗਈ ਵੇ, ਜਦੋਂ ਪੀਂਘਦੇ ਗੁਲਾਰੇ ਨਾਲ ਸੋਹਣਿਆ ਸੱਜਣਾ, ਹਾਣੀਆਂ ਵੇ ਪੱਤਿਆਂ ਨਾਲ, ਵੇ ਪੱਤਿਆਂ ਨਾਲ, ਵੇ ਪੱਤਿਆਂ ਨਾਲ ਇੱਕ ਪਿੜ ਗਈ ਵੇ। ਇਹ ਸੌਂਗ ਲਈ ਤੁਹਾਨੂੰ ਕਿਵੇਂ ਆਫਰ ਆਈ ਜੀ ਇਹ ਮੂਵੀ ਲਈ? ਆਪਾਂ ਸਟੂਡੀਓ 'ਚ ਹੀ ਸੀਗੇ ਬੈਠੇ। ਅੱਛਾ। ਔਰ ਮੈਨੂੰ ਗੁਰਮੋਹ ਨੇ ਭੇਜਿਆ ਕਿ ਇੱਕ ਡੰਮੀ ਕਰਕੇ ਭੇਜਣੀ ਆ। ਠੀਕ। ਔਰ ਮਤਲਬ ਤੂੰ ਗਾ ਦੇ, ਹੈ ਨਾ? ਹਾਂਜੀ ਹਾਂਜੀ। ਅਤੇ ਮੈਂ ਦੱਸੂੰਗਾ ਨਹੀਂ ਕਿ ਤੂੰ ਗਾਇਆ। ਅੱਛਾ ਜੀ। ਅਤੇ ਮਤਲਬ ਮੇਰੇ ਲਈ ਜ਼ਰੂਰੀ ਆ ਕਿ ਇੱਦਾਂ ਇੱਦਾਂ ਥੋੜ੍ਹੀ ਗੱਲਬਾਤ ਹੋਈ, ਤਾਂ ਮੈਂ ਉਵੇਂ ਡੰਮੀ 'ਚ ਗਾ ਕੇ ਭੇਜ ਦਿੱਤੀ। ਅੱਛਾ ਜੀ। ਅਤੇ ਜਦੋਂ ਉਹਨਾਂ ਨੂੰ ਭੇਜੀ ਤਾਂ ਉਹ ਕਹਿੰਦੇ ਇਹ ਕਿੰਨੇ ਗਾਈ ਆ, ਪਹਿਲਾਂ ਤਾਂ ਗੁਰਮੋਹ ਦੱਸੇ ਨਾ। ਅੱਛਾ ਜੀ। ਬਾਅਦ ਵਿੱਚ ਕਹਿੰਦੇ ਯਾਰ ਉਹ ਮੰਡਰੀ ਗਾਇਆ ਹੋਇਆ। ਅੱਛਾ ਜੀ। ਫਿਰ ਉਹ ਕਹਿੰਦੇ ਕਿ ਯਾਰ ਫਿਰ ਇਹ ਸਾਨੂੰ ਵਧੀਆ ਲੱਗਾ, ਵਧੀਆ ਲੱਗਾ। ਕਿਆ ਬਾਤ ਹੈ। ਇਹੀ ਕੰਟੀਨਿਊ ਕਰੋ ਫਿਰ ਮੂਵੀ 'ਚ ਇੱਦਾਂ ਕਰਕੇ ਸੌਂਗ। ਕਿਆ ਬਾਤ ਹੈ ਜੀ। ਹੁੰਦੇ ਤੁਹਾਡੇ 2 ਸੌਂਗ ਸੀ ਜੀ, ਇੱਕ ਬੋਲੀਆਂ ਸੀ ਜੀ, ਅਤੇ ਮੈਂ ਸੁਣਿਆ ਜੀ ਤੁਹਾਡੀ ਹੇਕ ਵੀ ਮੰਨੀ ਪਰ ਮੰਨੀ ਆ ਜੀ। ਇੱਕ ਵਾਰੀ ਲੱਗ ਕੇ ਲੱਗ ਜੇ ਜੀ, ਹੇਕ ਲੱਗ ਜੇ ਕਰੀ। ਕਿਆ ਬਾਤ ਹੈ। ਜਿਉਂਦੇ ਰਹੋ ਜੀ। ਤੁਸੀਂ ਹੁਣੇ ਹੇਕ ਲਾਈ ਆ ਜੀ ਓਬਵੀਅਸਲੀ, ਹੈ ਨਾ? ਅਤੇ ਕਿੰਨੇ ਟਾਈਮ ਦੀ ਲਾ ਲੈਂਦੇ ਜੀ ਹੇਕ, ਕਿੰਨਾ ਟਾਈਮ ਹੈਗਾ ਜੀ? ਹੁਣ ਤੁਸੀਂ ਕਾਊਂਟ ਕਰ ਲਿਓ ਕਿੰਨੇ ਦੀ ਲਾਈ ਆ, ਤੇ ਉਵੇਂ ਮਤਲਬ ਤੁਸੀਂ ਉੱਕਾ ਪੁੱਕਾ 40 ਸਕਿੰਟ ਦੀ ਲਾ ਲੈਂਦਾ। ਕਿਆ ਬਾਤ। ਔਰ ਜਿੱਦਾਂ ਮਤਲਬ ਜੇ ਲਾਈ ਜਾਓ ਲਾਈ ਜਾਓ ਤੇ 58 ਸੈਕਿੰਡ ਤੱਕ ਮੈਂ ਚੱਲਾਂ। ਹਾਂ, ਵੱਧਦੀ ਜਾਂਦੀ ਹੈ ਜੀ। ਹਾਂਜੀ ਮੰਨਾ ਜੀ, ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਸੀਂ ਐਡੀ ਲੰਬੀ ਹੇਕ ਲਗਾ ਸਕਦੇ ਹੋ, ਐਡਾ ਉੱਚਾ ਸੁਰ ਲਗਾ ਸਕਦੇ ਹੋ? ਐਕਚੁਅਲੀ ਮੈਂ 2009 ਦੇ ਕਰੀਬ ਜਦੋਂ ਮੈਂ ਆਪਣੇ ਕਾਲਜ ਗਿਆ ਨਾ। ਅੱਛਾ। ਅਤੇ ਉੱਥੇ ਗੱਭਰੂ ਆਫ ਦੀ ਈਅਰ ਕੰਪੀਟੀਸ਼ਨ ਹੋਇਆ। ਕਿਆ ਬਾਤ ਹੈ ਜੀ। ਅਤੇ ਮੈਂ ਬਿਲਕੁਲ ਵੀ ਉਹਦੇ ਵਿੱਚ ਪਾਰਟੀਸਪੇਟ ਨਹੀਂ ਸੀ ਕਰ ਰਿਹਾ। ਅੱਛਾ ਜੀ। ਅਤੇ ਮੈਨੂੰ ਮੇਰੇ ਉੱਥੇ ਸਰ ਬੈਠੇ ਸੀ, ਸਟੇਜ 'ਤੇ ਚਲੇ ਗਏ ਸੀ ਸਾਰੇ, ਔਰ ਮੈਨੂੰ ਆਨ ਦੀ ਸਪੋਰਟ ਕੁੜਤਾ ਪਜਾਮਾ ਪਾ ਕੇ ਤਾਂ ਚੜਾਤਾ ਗਿਆ ਸਟੇਜ 'ਤੇ ਕਿ ਚੱਲ ਉੱਪਰ। ਮੈਂ ਬੋਲੀਆਂ ਬੋਲੀਆਂ ਜੀਆਂ ਸੁਣਾਈਆਂ, ਅਤੇ ਉਹ ਤੋਂ ਬਾਅਦ ਮੈਂ ਹੇਕ ਜੀ ਲਾਤੀ ਨਾਲ ਹੀ ਬੋਲੀਆਂ ਦੇ ਨਾਲ। ਅੱਛਾ ਜੀ। ਅਤੇ ਮੈਨੂੰ ਨਹੀਂ ਪਤਾ ਗੱਭਰੂ ਆਫ ਦੀ ਈਅਰ ਮੈਂ ਹੀ ਬਣ ਗਿਆ ਉਹ। ਓ ਕਿਆ ਬਾਤ। ਮੈਂ ਚੁਣ ਹੋ ਗਿਆ 2009 ਗੱਭਰੂ ਆਫ ਦੀ ਈਅਰ, ਉੱਥੇ ਮੈਂ ਬਣ ਗਿਆ।
ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਕਲਾਸ ਰੂਮ ਦੇ ਵਿੱਚ ਆਪਾਂ ਬੈਠੇ ਤੇ ਮੈਨੂੰ ਹਨਾ ਕਹਿੰਦੇ ਕਿ ਯਾਰ ਆਹ ਇੱਕ ਹਨਾ ਸੌਂਗ ਆ ਯੂਨੀਵਰਸਿਟੀ ਦੇ ਵਿੱਚ ਆਪਾਂ ਸੋਚਦੇ ਹਾਂ ਕਿ ਯੂਥ ਫੈਸਟੀਵਲ ਹੁੰਦੇ ਤਾਂ ਆਪਾਂ ਤੈਨੂੰ ਉੱਥੇ ਲੈ ਕੇ ਜਾਈਏ ਠੀਕ ਹੈ ਜੀ ਤੇ ਮਾਹੀ ਡੰਡੀਆਂ ਕਢਾ ਕੇ ਦੇ ਗਿਆ ਵਿੱਚ ਵਿੱਚ ਕੁੰਜੀਆਂ ਵਿੱਚ ਵਿੱਚ ਜੰਦਰੇ ਹਾਂਜੀ ਹਾਂਜੀ ਉਹ ਸੌਂਗ ਸੀਗਾ ਤੇ ਉਸ ਤੋਂ ਪਹਿਲਾਂ ਹਨਾ ਹਲਕੀ ਜਿਹੀ ਖੇਕ ਲਾ ਦੇ ਅੱਛਾ ਤੇ ਮੈਨੂੰ ਸੀਗਾ ਕਿ ਅੱਛਾ ਹੇਕ ਲਾਉਣੀ ਆ ਹੁਣ ਮੈਨੂੰ ਇਹ ਤਾਂ ਦੱਸਿਆ ਨਾ ਕਿ ਇੰਨੇ ਤੋਂ ਇੰਨੇ ਆ ਹੁਣ ਮੈਂ ਗੀਤ ਉਹਨੇ ਮੈਨੂੰ ਸੁਰਜਾ ਦਿੱਤਾ ਕਿ ਹਾਂ ਵੀ ਪਹਿਲੇ ਗਲੇ ਤੋਂ ਹੇਕ ਲਾਉਣੀ ਆ ਤੇ ਮੈਂ ਸ਼ੁਰੂ ਹੋ ਗਿਆ ਖੜਾ ਹੋ ਗਿਆ ਮੈਂ ਨਾਰਮਲੀ ਲਾਉਂਦਾ ਰਿਹਾ ਐਂ ਲਾਉਂਦਾ ਲਾਉਂਦਾ ਉਹ ਉੱਥੇ ਬੈਠੇ ਥੱਲੇ ਉਹ ਦੇਖੀ ਜਾਣਾ ਕਿ ਇਹ ਕੀ ਹੋ ਗਿਆ ਤੇ ਉਹ ਜਦੋਂ ਮੈਂ ਹੇਕ ਲਾ ਕੇ ਹਟਿਆ ਤੇ ਸਾਰੇ ਸਾਇਲੈਂਟ ਬਿਲਕੁਲ ਚੁੱਪ ਤੇ ਮੈਂ ਕਿਹਾ ਕੀ ਹੋਇਆ ਮੈਨੂੰ ਮੈਂ ਵਧੀਆ ਨਹੀਂ ਗਾਇਆ ਤੇ ਉਹ ਕਹਿੰਦੇ ਨਹੀਂ ਪਾਗਲਾ ਤੂੰ ਦੁਬਾਰਾ ਲਾ ਕਹਿੰਦੇ ਤੇ ਉਹ ਮੈਂ ਦੁਬਾਰਾ ਲਾਈਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਵਾਰੀ ਲਾਵਾਂ ਛੋਟੀ ਹੋਵੇ ਵੱਡੀ 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 ਹੈਗਾ ਤੇ ਉੱਤੋਂ ਫਿਰ ਮੈਨੂੰ ਫਸਟ ਟਾਈਮ ਪਤਾ ਲੱਗਾ ਅੱਛਾ ਕਿ ਹੇਕ ਵੀ ਕੋਈ ਚੀਜ਼ ਆ ਤਾਂ ਹੇਕ ਮੈਂ ਸਭ ਤੋਂ ਲੰਬੀ ਲਾਵਾਂ ਕੀ ਬਾਤ ਹੈ ਜੀ ਤੇ ਉਸ ਤੋਂ ਬਾਅਦ ਫਿਰ ਯੂਨੀਵਰਸਿਟੀਆਂ ਦੇ ਵਿੱਚ ਫਿਰ ਮਾਹੌਲ ਇੱਦਾਂ ਬਣਦਾ ਹੁੰਦਾ ਸੀ ਕਿ ਮਤਲਬ ਬਹੁਤ ਸਾਰੇ ਪਿਆਰੇ ਜਿਹੜੇ ਜਿਹਨਾਂ ਨੂੰ ਇਹ ਹੁੰਦਾ ਸੀ ਕਿ ਮੰਡ ਆਇਆ ਹੋਇਆ ਤੇ ਆ ਜਾਓ ਵੀ ਹੇਕ ਸੁਣੀਏ ਦੀ ਅੱਛਾ ਤੇ ਇੱਦਾਂ ਮਾਹੌਲ ਹੁੰਦਾ ਸੀ ਔਰ ਜਦੋਂ ਹੇਕ ਲਾਉਣੀ ਉਦੋਂ ਇਹ ਤੁਹਾਡੇ ਸਵਾਲ ਤੋਂ ਹੀ ਮੈਨੂੰ ਕੀ ਪੁੱਛੋ ਮੈਂ ਤੁਹਾਨੂੰ ਜਵਾਬ ਦੇਣਾ ਤੇ ਇਹ ਹੁੰਦਾ ਸੀਗਾ ਕਿ ਰਿਐਕਸ਼ਨ ਦੀ ਗੱਲ ਕਰਦਾ ਓਕੇ ਓਕੇ ਤੇ ਉੱਥੇ ਇਹ ਹੁੰਦਾ ਸੀ ਕਿ ਜਦੋਂ ਮੈਂ ਹੇਕ ਲਾਉਂਦਾ ਸੀ ਅੱਛਾ ਤੇ ਜਦੋਂ ਮੈਂ ਹੇਕ ਸ਼ੁਰੂ ਕਰਨੀ ਤੇ ਜਦੋਂ 10 ਕੁ ਜਾਂ 15 ਸੈਕਿੰਡ ਤੱਕ ਹੇਕ ਜਾਣੀ ਤੇ ਲੋਕਾਂ ਨੇ ਤਾੜੀਆਂ ਵਜਾ ਵਜੂ ਕੇ ਹਟ ਜਾਣਾ ਅੱਛਾ ਜੀ ਫਿਰ ਹੇਕ ਚੱਲੀ ਜਾਣੀ ਉਹਨਾਂ ਨੇ ਫਿਰ 10 ਕੁ ਸੈਕਿੰਡ ਬਾਅਦ ਫਿਰ ਤਾੜੀਆਂ ਵਜਾਉਣੀਆਂ ਫਿਰ ਹਟ ਜਾਣਾ ਜਦੋਂ 30-40 ਸੈਕਿੰਡ ਤੋਂ ਉੱਪਰ ਟੱਪ ਜਾਣਾ ਫਿਰ ਚੀਕਾਂ ਸ਼ੁਰੂ ਹੋ ਜਾਂਦੀਆਂ ਸੀ ਫਿਰ ਮਤਲਬ ਉਹ ਜੋਸ਼ ਆਉਂਦਾ ਸੀਗਾ ਬਹੁਤ ਜ਼ਿਆਦਾ ਔਰ ਇੱਕ ਤੁਹਾਨੂੰ ਇੱਕ ਇੰਸੀਡੈਂਟ ਤੁਹਾਨੂੰ ਸ਼ੇਅਰ ਕਰਦਾ ਹਾਂਜੀ ਹਾਂਜੀ ਕੀ ਹੋਇਆ ਮੈਂ ਨਾ ਲੁਧਿਆਣੇ ਯੂਨੀਵਰਸਿਟੀ ਪਰਫਾਰਮ ਕਰ ਰਿਹਾ ਸੀਗਾ ਓਕੇ ਜੀ ਓਕੇ ਤੇ ਹੋਇਆ ਕਿ ਮੈਂ ਜਿੱਦਾਂ ਹੇਕ ਲਾਈ ਅੱਛਾ ਜੀ ਤੇ ਜਦੋਂ ਹੇਕ ਲਾਈ ਤੇ ਉੱਥੇ ਨਾ ਤੌੜੀਆਂ ਤੁੜੀਆਂ ਭੱਜਣ ਡਈਆਂ ਹੁਣ ਕੀ ਆ ਕਿ ਨਵਾਂ ਨਵਾਂ ਕਲਾਕਾਰ ਉੱਠਿਆ ਤੇ ਜੋਸ਼ ਹੁੰਦਾ ਜਾ ਜੋਸ਼ ਸਹੀ ਗੱਲ ਹੈ ਤੇ ਹੋਇਆ ਕਿ ਜਦੋਂ ਹੇਕ ਲਾਉਂਦਾ ਸੀਗਾ ਤੇ ਸਾਹ ਖਤਮ ਹੋ ਗਿਆ ਅੱਛਾ ਜੀ ਤੇ ਸਾਹ ਖਤਮ ਹੋ ਗਿਆ ਤੇ ਮੈਂ ਪੂਰਾ ਜ਼ੋਰ ਲਾ ਕੇ ਨਾ ਹੇਕ ਖਤਮ ਕਰਤੀ ਉਹ ਜਦੋਂ ਮਤਲਬ ਚਲੋ ਬਹੁਤ ਲੰਬੀ ਹੇਕ ਚੱਲ ਗਈ ਮੇਰੇ ਹਿਸਾਬ ਨਾਲ 40 ਸੈਕਿੰਡ ਤੋਂ ਉੱਪਰ ਚਲੀ ਗਈ ਜਦੋਂ ਚਲੀ ਗਈ ਤੇ ਉਹ ਜਦੋਂ ਮੈਂ ਇਦਾਂ ਰੁਕਿਆ ਤੇ ਸਾਹ ਹੀ ਨਾ ਆਵੇ ਸਾਹ ਰੁਕ ਗਿਆ ਮੈਂ ਕਿਹਾ ਆ ਗਿਆ ਮੈਂ ਨਾ ਇਦਾਂ ਪਿੱਛੇ ਨੂੰ ਮੂੰਹ ਕੀਤਾ ਤੇ ਜ਼ੋਰ ਉਹਨੇ ਇਦਾਂ ਕਰਦਾ ਤੇ ਉਹ ਸਾਹ ਵਾਪਸ ਆਇਆ ਤੇ ਫਿਰ ਅੱਗੇ ਗਾਣਾ ਨਾਲੋ ਨਾਲ ਸ਼ੁਰੂ ਹੋਇਆ ਤੇ ਮਤਲਬ ਇਦਾਂ ਦੀਆਂ ਫਨੀ ਮੂਮੈਂਟਸ ਵੀ ਹੁੰਦੀਆਂ ਸਟੇਜ ਦੇ ਉੱਤੇ ਤੇ ਮਤਲਬ ਇਦਾਂ ਕਰਕੇ ਹੌਲੀ ਹੌਲੀ ਹੇਕ ਲੋਕਾਂ ਦੇ ਮੂਹਰੇ ਕਿਆ ਬਾਤ ਹੈ ਜੀ ਜਿਵੇਂ ਤੁਸੀਂ ਮੈਂ ਦੇਖਿਆ ਜੀ ਜੇ ਹੇਕ ਵਾਲੇ ਗਾਣੇ ਗਾਏ ਉੱਚੇ ਉੱਚੇ ਗਾਣੇ ਗਾਏ ਹੈ ਨਾ ਜੀ ਬੜੇ ਗਾਦੇ ਅਤੇ ਤੁਹਾਡਾ ਦੇਖਿਆ ਕਿ ਸੋਫਟ ਮਿਊਜ਼ਿਕ ਵੀ ਤੁਸੀਂ ਗਾਇਆ ਜੀ ਹੈ ਨਾ ਇੰਨੇ ਉੱਚੇ ਗਾਉਣ ਦੇ ਬਾਵਜੂਦ ਸੋਫਟ ਗਾਉਣਾ ਕਿੰਨਾ ਕੁ ਡਿਫੀਕਲਟੀ ਸੀ ਦੇਖੋ ਹੈ ਨਾ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਪਜ਼ਲ ਹੋ ਜਾਂਦਾ ਜਦੋਂ ਇਹ ਮੈਨੂੰ ਸਵਾਲ ਪੁੱਛਿਆ ਜਾਂਦਾ ਹੈ ਨਾ ਕਿ ਮਤਲਬ ਕਿੰਨਾ ਔਖਾ ਆ ਜਾਂ ਕਿੱਦਾਂ ਮੈਨੂੰ ਨਾ 6-7 ਸਾਲ ਤੋਂ ਮੈਂ ਗੁਰਮੋਹ ਬਾਈ ਦੇ ਨਾਲ ਸੀਗਾ ਓਕੇ ਤੇ ਆਪਾਂ ਇਕੱਠੇ ਹੁਣ ਵੀ ਆਪਾਂ ਇਕੱਠੇ ਹੁੰਦੇ ਆ ਜਦੋਂ ਕੋਈ ਸਟੂਡੀਓ ਹੁੰਦਾ ਤਾਂ ਕੀ ਹੁੰਦਾ ਕਿ ਜਦੋਂ ਕੋਈ ਮਿਊਜ਼ਿਕ ਕਰਨਾ ਆ ਤੇ ਬਾਈ ਨੇ ਮਤਲਬ ਮੈਂ ਫੋਕ ਤਾਂ ਮੈਂ ਗਾਉਂਦਾ ਹੀ ਹਾਂ ਹਾਂਜੀ ਹਾਂਜੀ ਹਾਂ ਬਿਲਕੁਲ ਠੀਕ ਹੈ ਯੂਨੀਵਰਸਿਟੀਜ਼ ਦੇ ਵਿੱਚ ਕਾਲਜ ਦੇ ਵਿੱਚ ਜਦੋਂ ਮੈਂ ਫੋਕ ਗਾਉਂਦਾ ਸੀ ਜਾਂ ਸਟਾਰਟਿੰਗ ਤੋਂ ਫੋਕ ਗਾਉਂਦਾ ਸੀਗਾ ਤੇ ਮੈਨੂੰ ਗੁਰਮੋਹ ਬਾਈ ਨੇ ਕਹਿਣਾ ਕਿ ਯਾਰ ਮੈਨੂੰ ਨਾ ਆਹ ਸੌਂਗ ਆ ਤੇ ਮਾੜਾ ਜਿਹਾ ਸੌਫਟ ਜਿਹਾ ਗਾ ਦੇ ਤੇ ਇਹ ਆਪਾਂ ਤੇ ਜਦੋਂ ਹਨਾ ਤੁਸੀਂ ਆਪਣੀ ਵੋਕਲ ਸੌਫਟ ਸੁਣਦੇ ਆ ਉਹਦੇ ਵਿੱਚ ਤੁਹਾਨੂੰ ਕਮੀਆਂ ਦਿਖਦੀਆਂ ਬਿਲਕੁਲ ਬਿਲਕੁਲ ਠੀਕ ਆ ਬਿਲਕੁਲ ਉਹ ਕਮੀਆਂ ਮੈਨੂੰ ਜ਼ਿਆਦਾ ਖਲਦੀਆਂ ਹੁੰਦੀਆਂ ਸੀ ਉਹ ਐਂ ਲੱਗਣਾ ਕਿ ਯਾਰ ਮੇਰੇ ਦੋਸਤ ਜਿਹੜੇ ਬਾਕੀ ਉਹ ਸੌਫਟ ਗਾ ਲੈਂਦੇ ਮੇਰੇ ਤੋਂ ਗਾ ਨਹੀਂ ਹੁੰਦਾ ਹਾਂਜੀ ਫਿਰ ਮੈਂ ਉਹਦੇ 'ਤੇ ਪ੍ਰੈਕਟਿਸ ਕਰਨੀ ਪ੍ਰੈਕਟਿਸ ਕੀਤੀ ਅਤੇ ਹੌਲੀ ਹੌਲੀ ਕੀ ਹੋਇਆ ਕਿ ਸਟੂਡੀਓ ਦੇ ਵਿੱਚ ਮੈਂ ਹੀ ਸੌਫਟ ਗਾਉਣ ਲੱਗ ਪਿਆ ਮੈਂ ਹੀ ਹਾਰਡ ਗਾਉਣ ਲੱਗ ਪਿਆ ਅਤੇ ਮੈਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਕਦੋਂ ਜਿੱਦਾਂ ਸੌਫਟ ਵੀ ਗਾ ਲੈਂਦਾ ਅਤੇ ਹਾਰਡ ਵੀ ਜਿੱਦਾਂ ਫੋਕ ਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਮਿਹਨਤ ਆ ਬਸ ਹਾਂਜੀ ਹੁਣ ਮੇਲਾ ਬਹੁਤ ਹੋ ਚੁੱਕਿਆ ਜੀ ਬੰਬੂਗੜ ਹੋ ਜੇ ਇੱਕ ਵਾਰੀ ਬੰਬੂਗੜ ਲੇਟੈਸਟ ਨੀ ਬਹਿ ਜਾ ਮੇਰੇ ਬੰਬੂ ਕਾਟ ਤੇ ਨੀ ਬਹਿ ਜਾ ਮੇਰੇ ਬੰਬੂ ਕਾਟ ਤੇ ਨੀ ਤੈਨੂੰ ਹਵਾ ਚ ਤਾਰੀਆਂ ਲਵਾਵਾਂ ਪਰਾਂਦੇ ਨਾਲ ਸਜੀ ਗੁੱਤ ਨੂੰ ਪਰਾਂਦੇ ਨਾਲ ਸਜੀ ਗੁੱਤ ਨੂੰ ਨੀ ਆ ਜਾ ਹਵਾਲੀ ਸਪਣੀ ਬਣਾਵਾਂ ਨੀ ਬਹਿ ਜਾ ਮੇਰੇ ਬੰਬੂ ਕਾਟ ਤੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਬਹੁਤ ਵਧੀਆ ਜੀ ਤੇ ਫੈਮਿਲੀ ਦਾ ਕਿੰਨੇ ਕੁ ਸਪੋਰਟ ਰਹੀ ਹੈ ਜੀ ਅਤੇ ਕਦੀ ਫੈਮਿਲੀ ਨੇ ਇਹ ਨਹੀਂ ਆਖਿਆ ਕਿ ਤੂੰ ਸਿੰਗਿੰਗ ਛੱਡ ਕੇ ਹੋਰ ਕਿਸੇ ਕੰਮ ਵੱਲ ਫੋਕਸ ਕਰ ਕਿਉਂਕਿ ਫੈਮਿਲੀ ਦੇ ਵਿੱਚ ਜ਼ਿਆਦਾਤਰ ਸਪੋਰਟ ਨਹੀਂ ਕਰਦੇ ਗੇ ਹੈ ਨਾ ਅਤੇ ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ ਮੇਰੀ ਫੈਮਿਲੀ ਦੇ ਵਿੱਚ ਮਿਊਜ਼ਿਕ
थिएटर लिरिक्स ਨੂੰ ਲੈ ਕੇ ਮਤਲਬ ਆਰਟ ਮੇਰੀ ਫੈਮਿਲੀ ਚ ਹੀ ਆ ਹਾਂਜੀ ਹਾਂਜੀ ਤੇ ਮੇਰੀ ਫੈਮਿਲੀ ਦੇ ਵਿੱਚ ਮੇਰੇ ਚਾਚਾ ਜੀ ਮੇਰੇ ਮਾਮਾ ਹੁਣਾਂ ਨੂੰ ਸੁਣਨ ਦੇ ਗਾਣਾ ਸੁਣਨ ਦਾ ਬਹੁਤ ਸ਼ੌਂਕ ਹੈ ਠੀਕ ਹੈ ਜੀ ਤੇ ਬਸ ਇੰਨਾ ਸੀਗਾ ਕਿ ਆਪਣੇ ਨੂੰ ਥੋੜਾ ਪ੍ਰੂਫ ਕਰਨਾ ਪੈਂਦਾ ਹੈ ਨਾ ਹਰ ਚੀਜ਼ ਦਾ ਬੱਚਾ ਕੋਈ ਵੀ ਹੋਵੇ ਪ੍ਰੂਫ ਕਰਨਾ ਪੈਂਦਾ ਬਿਲਕੁਲ ਉਹਨੂੰ ਥੋੜਾ ਦੱਸਣਾ ਪੈਂਦਾ ਕਿ ਮੈਂ ਇਹ ਕਰ ਸਕਦਾ ਹਾਂ ਬਿਲਕੁਲ ਜੀ ਤੇ ਮੇਰੀ ਸਪੋਰਟ ਕੀਤੀ ਗੁਰਮੋਹ ਵੀਰੇ ਨੇ ਮੇਰਾ ਇੱਕ ਦੋ ਹੋਰ ਫਰੈਂਡ ਸੀਗੇ ਤੋ ਮੈਂ ਉਹਨਾਂ ਮੁਰੇ ਆਪਣੇ ਆਪ ਨੂੰ ਥੋੜਾ ਦੱਸਦਾ ਕਿ ਹਾਂ ਮੈਂ ਕਲਾਕਾਰ ਹਾਂ ਔਰ ਸੱਚੀ ਦੱਸਾਂ ਕਿ ਫਿਰ ਮੈਂ ਐਂਡ ਤੇ ਉਹਨਾਂ ਨੂੰ ਕਹਿਤਾ ਮੈਂ ਯਾਰ ਕਲਾਕਾਰੀ ਕਰ ਸਕਦਾ ਅੱਛਾ ਇਸ ਤੋਂ ਇਲਾਵਾ ਕੁਛ ਨਹੀਂ ਤੇ ਫਿਰ ਮੇਰੀ ਫੈਮਿਲੀ ਨੇ ਫੁੱਲ ਸਪੋਰਟ ਕੀਤੀ ਹਾਲ ਤੱਕ ਸਪੋਰਟ ਕਰ ਰਹੇ ਕੀ ਬਾਤ ਹੈ ਜੀ ਤੇ ਤੁਹਾਡਾ ਹਰਪ ਫਾਰਮਰ ਜੀ ਨੇ ਵੀ ਉਹਨਾਂ ਦੀ ਲਾਂਚ ਕੀਤਾ ਸੀ ਸੌਂਗ ਤੁਹਾਡਾ ਜੀ ਤੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਿਵੇਂ ਹਰਪ ਜੀ ਨਾਲ ਆਪਾਂ ਜਿੱਦਾਂ ਆਪਾਂ ਇੱਕ ਇੰਡਸਟਰੀ ਤੋਂ ਬਿਲੋਂਗ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਆਪਾਂ ਸਾਰੇ ਮਿਲਦੇ ਮੁਲਦੇ ਰਹਿੰਦੇ ਹਾਂ ਬਿਲਕੁਲ ਜੀ ਹੋਇਆ ਕੀ ਕਿ ਫਿਰ ਆਪਾਂ ਥੋੜੇ ਅੱਛੇ ਫਰੈਂਡ ਆ ਹੁਣ ਇਸ ਵੇਲੇ ਹਾਂਜੀ ਹਾਂਜੀ ਤੋ ਆਪਾਂ ਸਟੂਡੀਓ ਬੈਠੇ ਸੀਗੇ ਅੱਛਾ ਤੇ ਅਸੀਂ ਕਿਹਾ ਯਾਰ ਇਹਨੂੰ ਆਨਲਾਈਨ ਓ ਹੀ ਕਰ ਦੇਣਾ ਆਪਾਂ ਬੰਬੂ ਗਾਰਡ ਨੂੰ ਅੱਛਾ ਕੀ ਦੇਖੀ ਜਾਓ ਫਿਰ ਉਹ ਕਹਿੰਦੇ ਯਾਰ ਆਨਲਾਈਨ ਓ ਕਿਉਂ ਕਰਨਾ ਮੇਰਾ ਤਾਂ ਆਪਦਾ ਚੈਨਲ ਹੈਗਾ ਤੇ ਮੈਂ ਆਪਦੀ ਕੰਪਨੀ ਵੱਲੋਂ ਕਰਦਾ ਫਿਰ ਇਦਾਂ ਫਿਰ ਮਤਲਬ ਹਰ ਆਪਣੇ ਆਪ ਦੀ ਕੰਪਨੀ ਓਕੇ ਜੀ ਤੇ ਯਾਰਾਂ ਦੋਸਤਾਂ ਦੀ ਮਤਲਬ ਫੁੱਲ ਸਪੋਰਟ ਰਹੀ ਫੁੱਲ ਫੁੱਲ ਹਮੇਸ਼ਾ ਉਹ ਕਿਹੜੇ ਕਿਹੜੇ ਯਾਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋਗੇ ਸਾਡੀ ਇੰਟਰਵਿਊ ਵਿੱਚ ਮੈਨੂੰ ਗੁਰਮੋਹ ਵੀਰੇ ਤੋਂ ਬਿਨਾਂ ਹਰਪ ਤੋਂ ਬਿਨਾਂ ਹੋਰ ਕੋਈ ਦੋਸਤ ਹਾਂਜੀ ਮੇਰਾ ਫਰੈਂਡ ਹੈਗਾ ਚਮਕੌਰ ਸਿੰਘ ਨਾਗਰਾ ਸੋਨੀ ਨਾਗਰਾ ਔਰ ਰਜੇਸ਼ ਭਾਜੀ ਜਿਹਨਾਂ ਬਹੁਤ ਸਪੋਰਟ ਹਮੇਸ਼ਾ ਤੁਹਾਡੀ ਨਾ ਲਾਈਫ ਹੋਰ ਵੀ ਬਹੁਤ ਸਾਰੇ ਆ ਮੈਂ ਜੇ ਮਤਲਬ ਨਾਮ ਲੈਣਾ ਸ਼ੁਰੂ ਕਰੂੰਗਾ ਨਾ ਤੇ ਮੈਨੂੰ ਲੱਗਦਾ ਕਿ ਅੱਧਾ ਪੌਣਾ ਘੰਟਾ ਚਾਹੀਦਾ ਹਾਂਜੀ 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 ਠੀਕ ਹੈ ਤੁਹਾਡਾ ਸ਼ੋਅ ਸਾਰਾ ਲੰਘ ਜਾਣਾ ਠੀਕ ਹੈ ਤੇ ਆਲਮੋਸਟ ਤੁਹਾਡੇ ਇੰਡਸਟਰੀ ਇਹ 4 ਸੌਂਗ ਆ ਚੁੱਕੇ ਇੰਡਸਟਰੀ ਜੀ ਇਸ਼ਕ ਬੇਪਰਵਾਰ ਉੱਤ ਪਿਆਰ ਦੀ ਬੋਲੀਆਂ ਉਸ ਤੋਂ ਇਲਾਵਾ ਪਿਓਰ ਪੰਜਾਬੀ ਫਿਲਮ ਆਈ ਸੀ ਉਹਦੇ ਵਿੱਚ ਮੇਰਾ ਜੁਗਨੀ ਸੀਗਾ ਅੱਛਾ ਜੁਗਨੀ ਪਿਓਰ ਪੰਜਾਬੀ ਹਾਂਜੀ ਤੇ ਇਹ ਜਨਮ ਤੁਹਾਰੇ ਲਿਖੇ ਮੂਵੀ ਆਈ ਸੀ ਉਹਦੇ ਵਿੱਚ ਸ਼ਬਦ ਗਾਇਆ ਸੀਗਾ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਦ ਬਿਨ ਖਰੀ ਨੇ ਮਾਣੇ ਕੀ ਬਾਤ ਹੈ ਕੀ ਬਾਤ ਮੈਨੂੰ ਮੌਕਾ ਮਿਲਿਆ ਸੀ ਗਾਉਣ ਦਾ ਸ਼ਬਦ ਫਿਰ ਉਸ ਤੋਂ ਬਾਅਦ ਕਿੱਸਾ ਪੰਜਾਬ ਫਿਰ ਮੁੰਡੇ ਕਮਾਲ ਦੇ ਫਿਲਮ ਦਾ ਟਾਈਟਲ ਟਰੈਕ ਉਹ ਲਿਖਿਆ ਵੀ ਮੈਂ ਹੀ ਸੀਗਾ ਤੇ ਗਾਇਆ ਵੀ ਕੀ ਬਾਤ ਹੈ ਜੀ ਹਾਂਜੀ ਮੰਨਾ ਜੀ ਤੁਸੀਂ ਸ਼ੌਂਕ ਕਿਹੜੇ ਕਿਹੜੇ ਰੱਖਦੇ ਹੋ ਜੀ ਸ਼ੌਂਕ ਕਲਾਕਾਰੀ ਦਾ ਕਲਾਕਾਰੀ ਦਾ ਹੋਰ ਸ਼ੌਂਕ ਮੇਰਾ ਹੈਗਾ ਜੀ ਗਾਉਣਾ ਅੱਛਾ ਸ਼ੌਂਕ ਮੇਰਾ ਇਹ ਮੇਰਾ ਸ਼ੌਂਕ ਹੀ ਜੇ ਮੈਂ ਗਾ ਰਿਹਾ ਉਹ ਮੇਰਾ ਸ਼ੌਂਕ ਆ ਲਿਖਣਾ ਮੇਰਾ ਸ਼ੌਂਕ ਆ ਐਕਟਿੰਗ ਮੇਰਾ ਸ਼ੌਂਕ ਆ ਮੈਂ ਥੀਏਟਰ ਨੀਅਰ ਅਬਾਊਟ 6-7 ਸਾਲ ਤੋਂ ਮੈਂ ਥੀਏਟਰ ਕਰ ਰਿਹਾ ਮੇਰਾ ਆਪਣਾ ਥੀਏਟਰ ਗਰੁੱਪ ਆਜ਼ਾਦ ਕੀ ਬਾਤ ਹੈ ਕੀ ਬਾਤ ਹੈ ਤੇ ਉੱਥੇ ਮੈਂ ਕਰਦਾ ਵੀ ਆ ਕਰਾਉਂਦਾ ਵੀ ਆ ਤੇ ਬਸ ਇਹੀ ਸ਼ੌਂਕ ਆ ਸ਼ੌਂਕ ਨੂੰ ਹੀ ਅੱਗੇ ਆਪਣਾ ਪ੍ਰੋਫੈਸ਼ਨ ਕੀ ਬਾਤ ਹਾਂਜੀ ਹੁਣ ਇੱਕ ਸਿੰਗਿੰਗ ਹੁੰਦੀ ਸਟੂਡੀਓ ਦੀ ਇੱਕ ਹੁੰਦਾ ਹੀ ਲਾਈਵ ਤੁਹਾਨੂੰ ਜ਼ਿਆਦਾ ਵਧੀਆ ਕਿਹੜਾ ਲੱਗਦਾ ਸਟੂਡੀਓ 'ਚ ਗਾਉਣਾ ਵਧੀਆ ਲੱਗਦਾ ਜਾਂ ਲਾਈਵ ਗਾਉਣਾ ਵਧੀਆ ਲੱਗਦਾ ਲੋਕਾਂ ਦੇ ਸਾਹਮਣੇ ਮੈਨੂੰ ਲਾਈਵ ਜ਼ਿਆਦਾ ਵਧੀਆ ਲੱਗਦਾ ਕੀ ਬਾਤ ਹੈ ਜੀ ਕਿਉਂਕਿ ਲਾਈਵ ਦੇਖੋ ਕਲਾਕਾਰ ਦੀ ਭੁੱਖ ਤਾਂ ਲਾਈਵ ਆ ਹਨਾ ਸਟੂਡੀਓ ਤਾਂ ਚਲੋ ਅਸੀਂ ਉਹ ਇਸ ਕਰਕੇ ਕਰਦੇ ਹਾਂ ਕਿ ਲੋਕਾਂ ਦੇ ਮੂਹਰੇ ਆ ਜਾਈਏ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਪ੍ਰੋਫੈਸ਼ਨਲਿਜ਼ਮ ਆ ਗਈ ਹਾਂ ਵੀ ਅਸੀਂ ਗਾਣਾ ਕਰਾਂਗੇ ਲੋਕਾਂ ਮੂਹਰੇ ਆਊਗਾ ਤੇ ਪਰ ਜਿਹੜੀ ਸਾਡੀ ਮੇਨ ਜਿਹੜੀ ਭੁੱਖ ਆ ਉਹ ਤਾਂ ਲੋਕਾਂ ਦੇ ਵਿੱਚ ਜਾ ਕੇ ਗਾਉਣਾ ਉਹਨਾਂ ਦੇ ਮੂਹਰੇ ਪਰਫਾਰਮ ਕਰਨਾ ਹੀ ਆ ਠੀਕ ਹੈ ਇੱਕ ਸਿੰਪਲ ਲਾਈਫ ਵੀ ਲਾਈਫ ਹੁੰਦੀ ਆ ਜੀ ਜਦੋਂ ਆਪਾਂ ਸਿੰਗਰ ਬਣ ਜਾਂਦੇ ਹਾਂ ਕੀ ਚੇਂਜਸ ਤੁਹਾਡੀ ਲਾਈਫ ਦੇ ਵਿੱਚ ਆਏ ਉਸ ਤੋਂ ਬਾਅਦ ਕਿ ਤੁਹਾਨੂੰ ਲੋਕਾਂ ਨੇ ਕਿਸ ਵੇ ਨਾਲ ਪਛਾਣਿਆ ਕਿਸ ਨਜ਼ਰੀਏ ਨਾਲ ਦੇਖਿਆ ਤੁਹਾਨੂੰ ਚੇਂਜਸ ਬਹੁਤ ਬਹੁਤ ਜ਼ਿਆਦਾ ਚੇਂਜਸ ਆਉਂਦੇ ਉਦੋਂ ਤੁਸੀਂ ਲੋਕਾਂ ਲਈ ਵੀ ਖਾਸ ਹੋ ਜਾਂਦੇ ਆ ਹਾਂਜੀ ਹਾਂਜੀ ਆਪਣੇ ਆਪ ਲਈ ਵੀ ਥੋੜ੍ਹੇ ਜਿਹੇ ਖਾਸ ਹੋ ਜਾਂਦੇ ਹਾਂਜੀ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਪਹਿਲਾਂ ਐਂ ਕੁਛ ਵੀ ਕਰ ਲਈਦਾ ਸੀ ਸਹੀ ਹੁਣ ਤੇ ਮਰਜ਼ੀ ਕੋਈ ਕਰ ਲਈਦਾ ਸੀ ਹੁਣ ਇਦਾਂ ਨਹੀਂ ਹੈਗਾ ਹੁਣ ਥੋੜ੍ਹੀ ਜਿਹੀ ਲਾਈਫ ਜਿੱਦਾਂ ਚੇਂਜ ਹੋ ਗਈ ਆ ਜਿੱਦਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਸੋਚੀਦਾ ਆ ਕਿ ਪਹਿਲਾਂ ਹੁੰਦਾ ਕਿ ਇੱਕ ਕਲਾਕਾਰ ਆ ਨਾ ਜਿੱਦਾਂ ਆਮ ਬੰਦਾ ਉਹ ਕੁਛ ਵੀ ਕਰਦਾ ਉਹਨੂੰ ਲੱਗਦਾ ਮੇਰੇ ਤੱਕ ਆ ਕਿ ਮੈਂ ਕਰਦਾ ਕਰਦਾ ਬਿਲਕੁਲ ਬਿਲਕੁਲ ਪਰ ਸਾਨੂੰ ਸੋਚਣਾ ਪੈਂਦਾ ਕਿ ਯਾਰ ਜੇ ਮੈਂ ਕਰਤਾ ਯਾਰ ਬਾਕੀ ਕੀ ਸੋਚਣਗੇ ਜਿਹੜੇ ਸਾਡੇ ਸਰੋਤੇ ਨੇ ਸਾਨੂੰ ਪਿਆਰ ਕਰਦੇ ਨੇ ਹਨਾ ਹਾਂਜੀ ਹਾਂਜੀ ਤੇ ਉਹਨਾਂ ਦੇ ਦਿਲ 'ਚ ਕੁਛ ਐਂ ਨਾ ਵੀ ਯਾਰ ਪਤਾ ਨਹੀਂ ਐਵੇਂ ਕੀ ਕਰੀ ਜਾਂਦਾ ਹਾਂਜੀ ਹਾਂਜੀ ਤੋ ਇਸ ਕਰਕੇ ਬਹੁਤ ਕੁਛ ਹੈਗਾ ਆ ਜਿਹੜਾ ਸੋਚਦੇ ਆ ਕਾਫੀ ਬਦਲਾਵ ਆ ਜਾਂਦਾ ਕੁਝ ਵੀ ਸਿੱਖਣ ਤੋਂ ਬਿਨਾਂ ਨਹੀਂ ਹੁੰਦਾ ਜੀ ਹਨਾ ਤੁਸੀਂ ਆਪਣੀ ਗਾਇਕੀ ਕਿੰਨਾ ਨੂੰ ਰੋਲ ਮਾਡਲ ਜਾਂ ਤੁਸੀਂ ਕਿੱਥੋਂ ਸਿੱਖਿਆ ਜੀ ਕੌਣ ਤੁਹਾਡੇ ਇੰਪਰੈਸ਼ਨ ਜਿਹਨਾਂ ਨੂੰ ਤੁਸੀਂ ਮੈਂ ਸੈਂਟ ਸੋਲਜਰ ਕਾਲਜ ਤੋਂ ਜੇ ਰਿਆਜ਼ ਜੀ ਮੇਰੇ ਗੁਰੂ ਜੀ ਨੇ ਉਹਨਾਂ ਤੋਂ ਸਿੱਖਿਆ 3 ਸਾਲ ਉਹਨਾਂ ਤੋਂ ਸਿੱਖਿਆ ਠੀਕ ਔਰ ਜੇ ਉੱਦਾਂ ਗੱਲ ਕਰੀਏ ਕਿ ਹਾਂ ਵੀ ਆਪਾਂ ਕਿਹਨਾਂ ਤੋਂ ਦੇਖ ਕੇ ਕਿਹਨਾਂ ਨੂੰ ਹਾਂਜੀ 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 ਤੇ ਬਹੁਤ ਸਾਰੇ ਨੇ ਅੱਛਾ ਜੀ ਬਹੁਤ ਸਾਰੇ ਕੋਈ ਇੱਕ ਦਾ ਨਾਮ ਜਿਨ੍ਹਾਂ ਵਿੱਚ ਕਿਸ਼ੋਰ ਦਾ ਜੀ ਜਿਹੜੇ ਲਿਖਦੇ ਵੀ ਸੀ ਗਾਉਂਦੇ ਵੀ ਸੀ ਐਕਟਿੰਗ ਕਰਦੇ ਸੀਗੇ ਤੇ ਉਹਨਾਂ ਨੂੰ ਮਤਲਬ ਜਦੋਂ ਉਹਨਾਂ ਵੱਲ ਵੇਖੀਦਾ ਕਿ ਉਹ ਹੈ ਕੀ ਸੀ ਹੈ ਤਾਂ ਇਨਸਾਨ ਹੀ ਸੀਗੇ ਤੇ ਉਹ ਕੀ ਕਰਦੇ ਸੀ ਕਿੱਦਾਂ ਉਹ ਐਕਟ ਨਿਭਾਉਂਦੇ ਸੀ ਜਾਂ ਉਹ ਲਿਖਦੇ ਸੀ ਜਾਂ ਉਹਨਾਂ ਦੇ ਮਾਈਂਡ ਦੇ ਵਿੱਚ ਉਹ ਕਿੱਦਾਂ ਉਹ ਕਲਪਨਾਵਾਂ ਜਿਹੜੀਆਂ ਉਹ ਹਕੀਕਤ 'ਚ ਕਿੱਦਾਂ ਕਰਦੇ ਸੀ ਬਿਲਕੁਲ ਜੀ ਬਿਲਕੁਲ ਤੋ ਉਹਨਾਂ ਵੱਲ ਦੇਖੀਦਾ ਆ ਆਪਣੇ ਇੰਡਸਟਰੀ ਦੇ ਵਿੱਚ ਸਾਡੇ ਤੋਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਆਪਾਂ ਬੱਬੂ ਮਾਨ ਬਾਈ ਹੋ ਗਏ ਗੁਰਦਾਸ ਮਾਨ ਜੀ ਹੋ ਗਏ ਇਹਨਾਂ ਨੂੰ ਦੇਖਦੇ ਹਾਂ ਦੇਬੀ ਮਖਸੂਸ ਪੁਰੀ ਜੀ ਜਿਹਨਾਂ ਦੇ ਗਾਣੇ ਲਿਰਿਕਸ ਨੂੰ ਬਹੁਤ
ਬਿਲਕੁਲ ਜੀ ਬਿਲਕੁਲ ਮਤਲਬ ਮੈਂ ਕਹਾਂ ਕਿ ਪਾਰਟਿਕੂਲਰ ਇੱਕ ਬੰਦਾ ਤੇ ਨਹੀਂ ਉਹ ਇੱਕ ਬੰਦਾ ਤਾਂ ਨਹੀਂ ਕਦੇ ਵੀ ਨਹੀਂ ਜੀ ਇਕੱਲਾ ਬੰਦਾ ਤਾਂ ਕਹੇ ਜੋ ਨਹੀਂ ਹੁੰਦਾ ਜੀ ਸਭ ਟੀਮ ਦੇ ਨਾਲ ਹੁੰਦਾ ਜੀ ਹਾਂਜੀ ਮੈਨਾਂ ਜੀ ਅਤੇ ਸਕੂਲਿੰਗ ਲਾਈਫ 'ਚ ਕੀ ਸ਼ਰਾਰਤੀ ਹੁੰਦੇ ਸੀ ਜਾਂ ਭੋਲੇ ਨਹੀਂ ਮਤਲਬ ਜੇ ਮੈਂ ਆਪਣੇ ਆਪ ਨੂੰ ਕਹਾਂ ਕਿ ਮੈਂ ਭੋਲਾ ਹੁੰਦਾ ਜੀ ਹੈ ਨਾ ਮਤਲਬ ਉਹਦਾ ਬੱਚੇ ਦਾ ਭੋਲੇ ਹਾਂ ਬਿਲਕੁਲ ਬਿਲਕੁਲ ਅਤੇ ਨਹੀਂ ਸ਼ਰਾਰਤਾਂ ਬਹੁਤ ਕੀਤੀਆਂ ਮੈਂ ਔਰ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਹੁੰਦਾ ਜੀ ਅਤੇ ਪਰ ਇਹ ਹੁੰਦਾ ਸੀਗਾ ਕਿ ਸ਼ੁਰੂ ਤੋਂ ਕਲਾਕਾਰੀਆਂ ਜਿਹੀਆਂ ਜਿੱਦਾਂ ਬਲੱਡ ਸੀ ਸੀਗੀਆਂ ਅਸੀਂ ਬੱਚ ਬੁੱਚ ਜਾਂਦੇ ਹੁੰਦੇ ਸੀ ਟੀਚਰਾਂ ਤੋਂ ਠੀਕ ਹੈ ਜੀ ਤੇ ਮਤਲਬ ਇਦਾਂ ਹੀ ਰਿਹਾ ਸੀ ਟੀਚਰ ਨੇ ਕਹਿਣਾ ਗੀਤ ਸੁਣਾ ਦੇ ਗੀਤ ਸੁਣਾ ਦੇਣਾ ਤੇ ਜਾਂ ਮਤਲਬ ਐਵੇਂ ਕਵਿਤਾ ਜੀ ਕੋਈ ਲਿਖ ਲੈਣੀ ਕਿਤੇ ਐਵੇਂ ਮਤਲਬ ਸਕੂਲ ਟਾਈਮ ਤਾਂ ਇਹ ਹੁੰਦਾ ਸੀਗਾ ਨਾ ਕਿ ਮੈਂ ਸਕੂਲ ਟਾਈਮ ਤੋਂ ਹੀ ਸਟਾਰਟ ਹੋ ਗਿਆ ਸੱਚ ਠੀਕ ਹੈ ਕਹਾਣੀਆਂ ਕਵਿਤਾਵਾਂ ਲਿਖਣੀਆਂ ਅਤੇ ਟੀਚਰਸ ਨੂੰ ਮਤਲਬ ਉਹ ਸੁਣਾ ਦੇਣੀਆਂ ਅਤੇ ਬਸ ਉਹ ਮਤਲਬ ਕਿਤੇ ਨਾ ਕਿਤੇ ਇੱਕ ਟੀਚਰ ਨੂੰ ਇਹ ਹੁੰਦਾ ਸੀ ਯਾਰ ਇਹ ਥੋੜ੍ਹਾ ਜਿਹਾ ਇੱਦਾਂ ਗੱਲ ਫਿਰ ਉਹ ਥੋੜ੍ਹਾ ਬਚਾਅ ਹੋ ਜਾਂਦਾ ਸੀ ਮੇਰਾ ਕਿਆ ਬਾਤ ਸੀ ਮੰਨਾ ਮੰਡ ਇਹ ਨਾਮ ਤੁਹਾਡੇ ਨਾਲ ਕਿਵੇਂ ਜੁੜਿਆ ਜੀ ਕਿਵੇਂ ਤੁਹਾਡਾ ਨਾਮ ਬਣਿਆ ਮੰਨਾ ਮੰਡ ਦੇ ਪਿੱਛੇ ਕੀ ਰਾਜ ਜੀ ਮੰਡ ਪਿੰਡ ਦਾ ਉਵੇਂ ਮੇਰਾ ਨਾਮ ਮਨਦੀਪ ਆ ਅੱਛਾ ਜੀ ਅਤੇ ਛੋਟੇ ਹੁੰਦੇ ਨਾ ਇੱਕ ਸੀਰੀਅਲ ਆਉਂਦਾ ਹੁੰਦਾ ਜੀ ਭਾਈ ਮੰਨਾ ਸਿਉਂ ਅੱਛਾ ਜੀ ਅੱਛਾ ਅਤੇ ਮੇਰੇ ਨਾ ਦਾਦਾ ਜੀ ਮੈਨੂੰ ਉਹਦੇ ਤੋਂ ਮੰਨਾ ਕਹਿਣਾ ਸ਼ੁਰੂ ਕਰ ਰਹੇ ਮੇਰੇ ਦਾਦਾ ਜੀ ਮੈਨੂੰ ਮੰਨਾ ਕਹਿੰਦੇ ਸੀ ਠੀਕ ਹੈ ਜੀ ਮੰਨਾ ਕਹਿੰਦੇ ਹੁੰਦੇ ਸੀ ਅਤੇ ਮੰਡ ਮੇਰੇ ਪਿੰਡ ਦਾ ਨਾ ਅਤੇ ਜਦੋਂ ਆਪਾਂ ਪਿੰਡ 'ਚੋਂ ਨਿਕਲਦੇ ਨਾ ਉਦੋਂ ਆਪਾਂ ਇਹ ਸੋਚਦੇ ਹਾਂ ਕਿ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਪਰ ਮਤਲਬ ਹੌਲੀ ਹੌਲੀ ਮੈਨੂੰ ਨਹੀਂ ਸੀ ਪਤਾ ਕਿ ਮੈਂ ਇੱਦਾਂ ਇੱਦਾਂ ਅੱਗੇ ਵਧੂੰਗਾ ਅਤੇ ਉਹ ਮਤਲਬ ਪਿੰਡ ਦਾ ਨਾਲ ਰਹਿ ਗਿਆ ਅਤੇ ਉਵੇਂ ਮੇਰਾ ਜਦੋਂ ਇੱਕ ਕਮਰਸ਼ੀਅਲੀ ਜਿਹੜਾ ਨੇਮ ਆ ਮੰਨਾ ਮੰਡ ਇਹ ਗੁਰਮੋਹ ਹੀ ਲੈ ਕੇ ਆਇਆ ਅੱਗੇ ਕਿਆ ਬਾਤ ਕਿ ਆਪਾਂ ਮੰਨਾ ਮੰਡੀ ਰੱਖੀਏ ਅਤੇ ਉਹ ਫਿਰ ਉਵੇਂ ਇੱਕ ਦੋ ਕਿਤੇ ਯੂਟਿਊਬ 'ਤੇ ਦੇਖਿਓ ਕਿ ਮਨਦੀਪ ਮੰਡ ਵੀ ਹੈਗਾ ਆ ਅੱਛਾ ਅੱਛਾ ਹਾਂਜੀ ਹਾਂਜੀ ਅਤੇ ਜ਼ਿੰਦਗੀ ਸੌਂਗ ਹੈਗਾ ਆ ਆਖਰੀ ਪਿਆਰ ਸੌਂਗ ਉਹ ਮਨਦੀਪ ਮੰਡ ਦੇ ਨਾਂ ਤੋਂ ਆ ਠੀਕ ਹੈ ਜੀ ਅਤੇ ਬਟ ਮੰਨਾ ਮੰਡ ਜਿਹੜਾ ਟਿਪੀਕਲੀ ਫਿਰ ਉਹ ਪ੍ਰੋਪਰਲੀ ਜਿਹੜਾ ਆਇਆ ਸੀਗਾ ਆਈ ਥਿੰਕ ਇਹ ਤੋਂ ਇਹ ਜਨਮ ਤੁਮਾਰੇ ਲਿਖੇ ਮਿਲ ਮੇਰੇ ਪ੍ਰੀਤਮਾ ਜੀ ਉਹ ਸ਼ਬਦ ਠੀਕ ਉਹਦੇ ਤੋਂ ਮੰਨਾ ਮੰਡ ਜਿਹੜਾ ਕਮਰਸ਼ੀਅਲੀ ਫਿਰ ਇਹ ਲਿਆਂਦਾ ਗਿਆ ਠੀਕ ਹੈ ਜੀ ਅਤੇ ਤੁਹਾਡਾ ਫਰੈਂਡਸ ਦੇ ਨਾਲ ਕਿਹੋ ਜਿਹਾ ਮਾਹੌਲ ਹੁੰਦਾ ਫਨੀ ਹੁੰਦਾ ਗੁੱਸੇ ਵਾਲਾ ਜਾਂ ਇੰਜੋਏ ਕਰਦੇ ਜਦੋਂ ਇਦਾਂ ਦਾ ਹੀ ਹੁੰਦਾ ਜਿੱਦਾਂ ਦਾ ਤੁਹਾਡੇ ਨਾਲ ਅੱਛਾ ਜੀ ਕੀ ਬਾਤ ਹੈ ਜੀ ਕੁਛ ਕੋਈ ਫਾਰਮੈਲਿਟੀ ਨਹੀਂ ਕੋਈ ਕੁਛ ਨਹੀਂ ਗੁੱਸੇ ਵਾਲੀ ਗੱਲ ਗੁੱਸਾ ਕਰੀਦਾ ਆ ਜੇ ਹਾਸੇ ਵਾਲੀ ਗੱਲ ਹੁੰਦੀ ਆ ਤਾਂ ਹਾਸਾ ਬਹੁਤ ਕਰੀਦਾ ਆ ਜਿਹੋ ਜਿਹਾ ਮਿਲਦਾ ਉਹੋ ਜਿਹਾ ਹਾਂ ਮਤਲਬ ਨਹੀਂ ਜਿਹੋ ਜਿਹਾ ਮਿਲਦਾ ਨਹੀਂ ਜਿੱਦਾਂ ਦੀ ਮੂਵਮੈਂਟ ਹੋਵੇ ਜਿੱਦਾਂ ਦੇ ਹਾਲਾਤ ਹੋਣ ਜਿੱਦਾਂ ਦਾ ਮਤਲਬ ਮਾਹੌਲ ਚੱਲਦਾ ਹੋਵੇ ਉਦਾਂ ਦਾ ਇਹੋ ਜਿਹੀ ਦਾ ਕੋਈ ਇੱਦਾਂ ਨਹੀਂ ਹੈਗਾ ਕਿ ਐਵੇਂ ਕਿ ਵੀ ਆਪਾਂ ਕਲਾਕਾਰ ਦੇ ਹਾਂ ਅਤੇ ਜਾਂ ਸਾਡਾ ਫਰੈਂਡ ਕੋਈ ਆਮ ਹੈ ਅਤੇ ਅਸੀਂ ਉਹਨਾਂ ਨਾਲ ਫੋਰਮੈਲਿਟੀਆਂ ਕਰੇ ਆਇਆ ਨਹੀਂ ਕੁਛ ਬਸ ਜਿੱਦਾਂ ਦੇ ਪਿਆਰੇ ਦੋਸਤ ਆਪਣੇ ਉਦੋਂ ਦੇ ਬਸ ਮਾਹੌਲ ਦੇ ਅਤੇ ਮੰਨਾ ਤੁਹਾਡੇ ਫਿਊਚਰ ਪਲਾਨ ਕੀ ਨੇ ਜੀ ਫਿਊਚਰ 'ਚ ਕੀ ਲੈ ਕੇ ਆ ਰਹੇ ਹੋ ਸਾਡੇ ਦਰਸ਼ਕਾਂ ਵਾਸਤੇ ਜੀ ਫਿਊਚਰ ਦੇ ਵਿੱਚ ਬਹੁਤ ਕੁਛ ਆ ਅੱਛਾ ਜੀ ਬਹੁਤ ਕੁਛ ਆ ਬਸ ਤੁਸੀਂ ਮਤਲਬ ਤੁਸੀਂ ਪਿਆਰ ਦਿੰਦੇ ਜਾਓ ਮੈਂ ਤੁਹਾਨੂੰ ਆਪ ਦੇ ਗੀਤ ਦਿੰਦਾ ਜਾਊਂਗਾ ਕਿਆ ਬਾਤ ਔਰ ਚੱਕਵੇਂ ਗੀਤ ਰੋਮਾਂਟਿਕ ਗੀਤ ਸੈਡ ਵੀ ਹੈਗੇ ਨੇ ਔਰ ਸਰਪ੍ਰਾਈਜ਼ ਆ ਓਕੇ ਓਕੇ ਪਟਾਰੇ ਹੌਲੀ 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 ਖੁੱਲ੍ਹਦੇ ਜਾਣਗੇ ਔਰ ਤੁਸੀਂ ਉਹਨਾਂ ਨੂੰ ਪਿਆਰ ਦਿੰਦੇ ਰਹੋ ਹੁਲਾਰੇ ਜਿੱਦਾਂ ਜਿੱਦਾਂ ਆਉਣਗੇ ਉੱਦਾਂ ਉੱਦਾਂ ਪਿੰਘ ਦੇ ਹੁਲਾਰੇ ਨਾਲ ਸੱਜਣਾ ਅਤੇ ਪੱਤਿਆਂ ਨਾਲ ਹਿੱਕ ਭਿੜ ਗਈ ਬਸ ਐਂ ਚੱਕਲ ਚੱਕਲ ਹੁੰਦੀ ਰਹੂਗੀ ਓਕੇ ਦਰਸ਼ਕ ਜੀ ਤੁਸੀਂ ਜੁੜੇ ਰਹੋ ਮੰਨਾ ਮੰਡ ਜੀ ਨਾਲ ਅਤੇ ਤੁਹਾਡੇ ਵਾਸਤੇ ਨਵੇਂ ਨਵੇਂ ਸਰਪ੍ਰਾਈਜ਼ ਲੈ ਕੇ ਆਉਂਦੇ ਰਹਿਣਗੇ ਅਤੇ ਤੁਸੀਂ ਇਹਨਾਂ ਨੂੰ ਦੇਖਦੇ ਰਹੇ ਜੀ ਇੱਦਾਂ ਹੀ ਠੀਕ ਹੈ ਜੀ ਇੱਦਾਂ ਹੀ ਗੂੰਜਦੇ ਰਹਿਣਗੇ ਮੰਡ ਜੀ ਥੈਂਕ ਯੂ ਜੀ ਔਰ ਅੱਡੀ ਟੱਪਾ ਮਿਊਜ਼ਿਕ ਚੈਨਲ ਨੂੰ ਬਹੁਤ ਬਹੁਤ ਥੈਂਕਸ ਆ ਕਿ ਉਹਨਾਂ ਨੇ ਮੈਨੂੰ ਅੱਜ ਤੁਹਾਡੇ ਰੂਬਰੂ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੰਨਾ ਮੰਡ ਜੀ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸ਼ੋਅ ਦੇ ਵਿੱਚ ਆਏ ਜੀ ਅਤੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਹੀ ਤੁਸੀਂ ਗੱਜਦੇ ਰਹੋ ਗੂੰਜਦੇ ਰਹੋ ਤੁਹਾਡੀਆਂ ਹੇਕਾਂ ਗੂੰਜਦੀਆਂ ਰਹਿਣ ਜੀ ਨਵੇਂ ਨਵੇਂ ਸਰਪ੍ਰਾਈਜ਼ ਲੋਕਾਂ ਸਾਡੇ ਦਰਸ਼ਕਾਂ ਨੂੰ ਲੈ ਕੇ ਆਉਂਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਸ਼ੋਅ ਸ਼ੁਕਰੀਆ ਜੀ ਔਰ ਅੱਡੀ ਟੋਪਾ ਮਿਊਜ਼ਿਕ ਚੈਨਲ ਨੂੰ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਥੇ ਅੱਜ ਮੈਨੂੰ ਸੱਦਿਆ ਔਰ ਤੁਹਾਡਾ ਵੀ ਭਾਜੀ ਬਹੁਤ ਬਹੁਤ ਧੰਨਵਾਦ ਓਕੇ ਜੀ ਔਰ ਫੇਸਬੁੱਕ ਦੇ ਉੱਤੇ ਮੈਨੂੰ ਜ਼ਰੂਰ ਤੁਸੀਂ ਮਿਲਦੇ ਰਹੋ facebook.com/mannamand ਔਰ ਅੱਡੀ ਟੋਪਾ music.com ਦੇ ਉੱਤੇ ਵੀ ਤੁਸੀਂ ਜਾਣਾ ਆ ਔਰ ਇੱਥੇ ਸਬਸਕ੍ਰਾਈਬ ਕਰੋਗੇ ਅਤੇ ਅਪਡੇਟਸ ਆਉਂਦੀਆਂ ਰਹਿਣਗੀਆਂ ਮੇਰੇ ਬਾਰੇ ਵੀ ਔਰ ਸਭ ਕੁਛ ਹੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਸ਼ੋਅ ਨੂੰ ਦੇਖਣ ਦੇ ਲਈ ਬਣੇ ਰਹੋ ਸਟਾਰ ਡਾਇਰੀਜ਼ ਦੇ ਨਾਲ ਅਗਲੇ ਹਫ਼ਤੇ ਫਿਰ ਮਿਲਾਂਗੇ ਜੀ ਨਵੇਂ ਸਟਾਰ ਦੇ ਨਾਲ ਨਵੀਂ ਹਸਤੀ ਦੇ ਨਾਲ ਤਦ ਤੱਕ ਲਈ ਆਪਣੇ ਗੋਰੇ ਅਲਮੇ ਵੱਲ ਨੂੰ ਦਿਓ ਇਜਾਜ਼ਤ ਦਾ